ਪਹਿਲੇ ਨਾਂ ਹੈ ਨਾ ਆਪਾਂ ਜਿਹੜਿਆਂ ਨੇ ਕਿਹਾ ਸੀ ਸਾਰਿਆਂ ਦੇ ਨਾਂ ਅਗਲੇ ਬਲੌਗ 'ਚ ਦੇਵਾਂਗੇ ਅਤੇ ਸਾਰੇ ਜਣੇ ਮੈਨੂੰ ਵੀ ਦਿਓ ਵਧਾਈਆਂ ਅਤੇ ਤੁਹਾਨੂੰ ਵੀ ਵਧਾਈਆਂ ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਜਾਨੀ ਸੰਘਾ ਫੈਮਿਲੀ ਤੋਂ ਅੱਜ ਤੁਹਾਨੂੰ ਦਿਖਾਉਂਦੇ ਹਾਂ ਪਿੰਡ ਕਾਲਾ ਸਿੰਘਾਂ ਦਾ ਟੂਰਨਾਮੈਂਟ ਅਤੇ ਆ ਜਾਓ ਫਿਰ ਚੱਲੀਏ ਟੂਰਨਾਮੈਂਟ 'ਤੇ ਬਹੁਤ ਹੀ ਧਮਾਕੇਦਾਰ ਟੂਰਨਾਮੈਂਟ ਅਤੇ ਨਵੇਂ ਨਵੇਂ ਖਿਡਾਰੀ ਅਤੇ ਆਪਣੇ ਫਰਿੰਡਾਂ ਨੇ ਵੀ ਆਉਣਾ ਆ ਅਤੇ ਆ ਜਾਓ ਫਿਰ ਚੱਲਦੇ ਹਾਂ ਟੂਰਨਾਮੈਂਟ 'ਤੇ ਓਕੇ ਬਾਏ ਆ ਜਾਓ चार खिडारी तैयार ने वेखदे कि दिड़वे वाला किहड़ा नौजवान कराओ बल्ले बल्ले सामने गुरदासपुरिया की कबड्डी पै रही है पंडित जी कहते दुगरी पिंड वाले की कबड्डी है मैं पहला दस्या भी आ मैच सिरे का अज काले मानसी की धरती का कहते फिर बच चुके हैं रमदास वाला पाता हुआ नौजवान गबरू खेल ग्राउंड रेड चार खिडारी तैयार ने मेरे मेरे दिड़वे ਸਾਡੇ ਚ ਸ਼ਕਤੀਮਾਨ ਵੀਰ ਵੀ ਆਇਆ ਸ਼ਕਤੀਮਾਨ ਦੂਜਾ ਤੇ ਤੀਜਾ ਨੰਬਰ ਤੇ ਹੋਲਡ ਕੀਤੇ ਗਏ ਸਾਡਾ ਉਹ ਥੋੜੀ ਨੰਬਰ ਸਟਾਪਰ ਦੇ ਨੇ इंग्लैंड बहादुर सिंह जी इटली खेली बाबा कनेडा गगन कनेडा जी साबा स्पेन उन्होंने वालों एक लख एक हजार चौहान ज्वेलर्स वालों 21,000 दस तोले चांदी की चेन के नाल सगा फैमिली यूट्यूबर जेडे साडे वीर इंस्टाग्राम से फेमस ने उन्हां दा सन्मान होने जा रहा है एक बड़ा सन्मान होने जा रहा है NRI वीरां दा बड़ा धन्यवाद उधर कबड्डी पई हुई है जाफी चार सामने कौन दफा लावेगा मैं भी जीतिया मुंडिया खेचो तैयारी लाओ सामने जीत कोटली बठिंडे वाला आओ वेखो के मेरी दिल की छतरी हिंदी इंग्लैंड बहादुर सिंह जी इटली खेली बाबा कनेडा गगन कनेडा जी साबा स्पेन उन्होंने वालों एक लख एक हजार चौहान ज्वेलर्स वालों 21,000 दस तोले चांदी की चेन के नाल सगा फैमिली यूट्यूबर जेडे साडे वीर इंस्टाग्राम से फेमस ने उन्हों का सन्मान होने जा रहा है एक बड़ा सन्मान होने जा रहा है NRI वीर का बड़ा धन्यवाद उधर कबड्डी पई हुई है जाफी चार वाला खिच के कर ला नेड़े तू के हार दिया के खिच के कर ला नेड़े तू के हार दिया तकड़ा जफा लग के गबरू फिर तो नंबर अपनी टीम के से जुड़ गया अगली कबड्डी ਸਤਿ ਸ਼੍ਰੀ ਅਕਾਲ
ਭਈ ਆਪਾਂ ਗਏ ਸੀ ਅੱਜ ਟੂਰਨਾਮੈਂਟ ਤੇ ਸਾਨੂੰ ਤੇ ਪਤਾ ਹੀ ਨਹੀਂ ਸੀ ਸਾਡੇ ਬਾਹਰਲੇ ਵੀਰਾਂ ਨੇ ਅੱਜ ਦਿੱਤਾ ਸਰਪ੍ਰਾਈਜ਼ ਤੇ ਉਹਨਾਂ ਨੇ ਆਪਾਂ ਨੂੰ ਟੂਰਨਾਮੈਂਟ ਤੇ ਕੀਤਾ ਕੀ ਕਹਿੰਦੇ ਹੁੰਦੇ ਆ ਸਨਮਾਨਿਤ 101,000 ਰੁਪਈਏ ਨਾ ਵੀਰਾਂ ਨੇ ਕੀਤਾ ਤੇ ਇੱਕ ਸਾਨੂੰ ਕੀਤਾ ਸਾਡੇ ਚੌਹਾਨ ਜੂਲਰ ਸਾਹਿਬ ਨੇ ਇੱਕ ਚੈਨ ਤੇ 21,000 ਰੁਪਈਆ। ਇਹ ਬਹੁਤ ਵੱਡਾ ਸਰਪ੍ਰਾਈਜ਼ ਆ, ਤੁਹਾਡਾ ਸਾਰਿਆਂ ਦਾ ਪਿਆਰ ਆ ਅਤੇ ਬਹੁਤ ਖੁਸ਼ੀ ਹੁੰਦੀ ਆ ਜਦੋਂ ਸਾਰੇ ਵੀਰ ਪਿਆਰ ਕਰਦੇ ਆ, ਬਹੁਤ ਜੁਣੇ ਮਿਲਦੇ ਜਿਹੜੇ ਸਾਡੀ ਵੀਡੀਓ ਪਸੰਦ ਕਰਦੇ ਆ। ਅਤੇ ਆਪਾਂ ਸਾਰੀਆਂ ਵੀਡੀਓ ਇੱਦਾਂ ਦੀਆਂ ਬਣਾਉਣੀਆਂ ਜਿਹੜੀਆਂ ਫੈਮਿਲੀ 'ਚ ਬਹਿ ਕੇ ਆਪਾਂ ਬਣਾ ਸਕੀਏ। ਅਤੇ ਆ ਜਾਓ ਚੱਲਦੇ ਹਾਂ, ਫਿਰ ਨੈਕਸਟ ਬਲੌਗ ਬਣਾਵਾਂਗੇ। ਫਿਰ ਅਗਲਾ ਜਿਹੜੇ ਵੀਰਾਂ ਨੇ ਆਪਾਂ ਨੂੰ ਨਾਂ ਦੱਸੇ ਉਹਨਾਂ ਦਾ ਵੀ ਬਲੌਗ ਰਹਿ ਗਿਆ, ਕਿਉਂਕਿ ਅੱਜ ਟੂਰਨਾਮੈਂਟ ਸੀ। ਕੱਲ੍ਹ ਉਹ ਬਲੌਗ ਜ਼ਰੂਰ ਬਣਾਵਾਂਗੇ। ਅਤੇ ਚੈਨਲ ਕਰ ਲਓ ਸਬਸਕ੍ਰਾਈਬ ਅਤੇ ਗਾਂ ਹੈਰੀ ਕੰਨ ਦਵਾ ਦਿਓ। ਅਤੇ ਲਓ ਜੀ ਹੁਣ ਆਪਣੇ ਆ ਗਏ ਹਾਂ ਘਰ ਅਤੇ ਟੂਰਨਾਮੈਂਟ ਹੋ ਗਿਆ ਖਤਮ। ਅਤੇ ਸਾਨੂੰ ਅੱਜ ਪਤਾ ਹੀ ਨਹੀਂ ਸੀ ਵੀ ਸਾਡੇ ਬਾਹਰਲੇ ਵੀਰਾਂ ਨੇ ਸਾਨੂੰ ਸਰਪ੍ਰਾਈਜ਼ ਦੇਣਾ ਅਤੇ 1,00,000 ਅਤੇ 1,000 ਰੁਪਈਆ ਤੁਹਾਡੇ ਛੋਟੇ ਲਾ ਲਓ ਵੱਡੇ ਭਰਾ ਨੂੰ ਸੰਘਾ ਫੈਮਿਲੀ ਨੂੰ 1,00,000 ਅਤੇ 1,000 ਰੁਪਈਆ ਜਿਹੜਾ ਸਾਡੇ ਬਾਹਰਲੇ ਫਰੈਂਡਾਂ ਨੇ ਭੇਜਿਆ ਆ ਰਲ ਮਿਲ ਕੇ ਉਹਨਾਂ ਨੇ ਵੀ, ਤਾਂ ਕਿਉਂਕਿ ਮੇਰਾ ਪਹਿਲੀ ਵਾਰੀ ਸਨਮਾਨਿਤ ਹੋਇਆ। ਕਿਉਂਕਿ ਪਿੰਡ ਵਿੱਚ ਤੁਹਾਨੂੰ ਪਤਾ ਜਦੋਂ ਭਾਵਾਂ ਛੋਟਾ ਹੋਵੇ ਚਾਹੇ ਵੱਡਾ ਹੋਵੇ, ਜਿਹੜਾ ਪਿੰਡ ਦਾ ਸਨਮਾਨ ਹੁੰਦਾ ਉਹ ਪਿੰਡ 'ਚ ਹੀ ਸਨਮਾਨ ਹੁੰਦਾ। ਅਤੇ 20,000 ਨਹੀਂ 21,000 ਰੁਪਈਆ ਅਤੇ ਇੱਕ ਚੈਨ ਸਾਡਾ ਚੌਹਾਨ ਜੂਲਰ ਨੇ, ਉਹ ਵੀ ਸਾਨੂੰ ਇੱਕ ਗਿਫਟ ਮਤਲਬ ਪ੍ਰਾਈਜ਼ ਮਿਲਿਆ ਆ, ਮਤਲਬ ਸਾਡੇ ਵੀਰ ਨੇ ਸਾਨੂੰ ਸਰਪ੍ਰਾਈਜ਼ ਦਿੱਤਾ ਉਹ ਵੀ। ਅਤੇ 1,00,000 ਜਿਹੜਾ 1,000 ਰੁਪਈਆ ਉਹ ਸਾਡੇ ਦਿੱਤਾ ਆ ਅਮਨ ਆਸਟ੍ਰੇਲੀਆ, ਅਤੇ ਗਿੰਦੀ ਇੰਗਲੈਂਡ, ਬਹਾਦਰ ਵੀਰ ਇਟਲੀ, ਗੇਲਾ ਗੇਲੀ ਬਾਬਾ ਕਨੇਡਾ, ਅਤੇ ਸਾਬਾ ਸਪੇਨ, ਅਤੇ ਹੋਰ ਸਾਡੇ ਵੀਰ ਭੋਲਾ ਵੀਰ ਬਿੱਕਾ ਵੀਰ ਸਾਰਿਆਂ ਰਲ ਮਿਲ ਕੇ ਇੱਕ ਸਰਪ੍ਰਾਈਜ਼ ਦਿੱਤਾ। ਇੰਨੀ ਜ਼ਿਆਦਾ ਖੁਸ਼ੀ ਹੋਈ ਹੈ ਨਾ, ਤੁਹਾਨੂੰ ਪਤਾ ਕੋਈ 5-10 ਰੁਪਈਏ ਵੀ ਨਹੀਂ ਕਰਦਾ ਕਿਸੇ ਨੂੰ ਕਿ ਨਹੀਂ ਸਰਪ੍ਰਾਈਜ਼। ਮੈਨੂੰ ਤਾਂ ਆਪ ਨੂੰ ਯਕੀਨ ਹੀ ਨਾ ਆਵੇ ਜਦੋਂ ਉਹਨਾਂ ਨੇ ਇੰਨਾ ਸਰਪ੍ਰਾਈਜ਼ ਕੀਤਾ। ਇਹ ਸਭ ਤੁਹਾਡੀ ਬਦੌਲਤ ਆ, ਜਿਹੜੇ ਵੀਰ ਸਾਨੂੰ ਪਸੰਦ ਕਰਦੇ ਨੇ। ਤੂੰ ਵੀ ਆ ਜਾ ਇੱਧਰ, ਹਿੱਸਾ ਮੰਗੀ ਜਾਂਦਾ ਆ, ਗੁੱਸੇ ਹੋ ਕੇ ਬਹਿ ਗਿਆ, ਮੇਰਾ ਹਿੱਸਾ ਮੈਂ ਪਾਰਟੀ ਦੇਣੀ ਆ। ਪਹਿਲਾਂ ਇਹ ਹਿੱਸਾ ਕਿਸੇ ਦਾ ਨਹੀਂ ਬਣਦਾ, ਇਹ ਹਿੱਸਾ ਬਣਦਾ ਸਾਡੇ ਫੋਲੋਅਰਸ ਵੀਰਾਂ ਦਾ, ਅਤੇ ਜਿਹੜੇ ਸਾਨੂੰ ਪਿਆਰ ਕਰਦੇ ਆ ਉਹਨਾਂ ਨੂੰ ਜਦੋਂ ਮਰਜ਼ੀ ਆ ਪਾਰਟੀ। ਅਤੇ ਸਾਡੇ ਦੋ ਬਹਿੰਦੇ ਆ ਅੰਦਰ, ਅਤੇ ਹੈਗਾ ਹਿੱਸਾ ਇਹਨਾਂ ਦਾ, ਮੰਮੀ ਦਾ ਤੇ ਪਾਪੇ ਦਾ। ਅੱਜ ਵਧਾਈਆਂ, ਬਹੁਤ ਵਧਾਈਆਂ ਹੋ ਗਈਆਂ ਬਈ, ਬਹੁਤ ਬਹੁਤ ਵਧਾਈਆਂ। ਹੁਣ ਇਹ ਮੁੰਡੇ ਦਾ ਪੋਤੇ ਦਾ ਨੋ ਚੱਕ ਦਿੱਤਾ, ਕਾਬਲ ਨਾ ਕੱਢ ਦਿੱਤਾ ਮੇਰਾ ਤਾਂ ਨੋ। ਇਹ ਬਹੁਤ ਵਧੀਆ, ਰੱਬ ਸਾਰਿਆਂ ਨੂੰ ਇਦਾਂ ਹੀ ਦਵੇ, ਚੜ੍ਹਦੀ ਕਲਾ ਚ ਰਹਿਣ ਨੂੰ। ਤੇ ਸਾਡਾ ਚੈਨਲ ਕਰ ਲਓ ਸਬਸਕ੍ਰਾਈਬ। ਹਾਂ ਸ਼ਿਵਰਾਤਰੀ ਵੀ ਸੀ, ਤੇ ਸ਼ਿਵਰਾਤਰੀ ਸੀਗੀ ਆਪਣੇ ਭੋਲੇ ਸ਼ੰਕਰ ਜੀ ਦੇ, ਸਾਡੇ ਪਿੰਡ ਵੀ ਸ਼ਿਵਰਾਤਰੀ ਕੱਢੀ ਗਈ। ਅਤੇ ਕੁਛ ਝਾਲਕੀਆਂ ਵੀ ਸੀ, ਉਹ ਵੀ ਜਦੋਂ ਅਸੀਂ ਜਾਂਦੇ ਸੀਗੇ ਟੂਰਨਾਮੈਂਟ ਦੇ ਰਾਹ ਦੇ ਵਿੱਚ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ ਵਿੱਚ। ਅਤੇ ਅੱਜ ਇੰਨੀ ਖੁਸ਼ੀ ਆ ਜ਼ਿਆਦਾ ਹੈ ਨਾ, ਕਿਉਂਕਿ ਇਹਨੂੰ ਮਤਲਬ ਆਪਣੇ ਬਲੌਗ ਨੂੰ ਇਸ ਨੂੰ ਜਿਹੜੇ ਜਿਹੜੇ ਵੀਰ ਜਿੰਨੇ ਵੀ ਮੈਨੂੰ ਪਿਆਰ ਕਰਦੇ ਆ ਸਾਡੀ ਸੰਘਾ ਫੈਮਿਲੀ ਨੂੰ, ਸਾਰੇ ਜਣੇ ਸ਼ੇਅਰ ਕਰੀਓ। ਕਿਉਂਕਿ ਅੱਜ ਸਾਡਾ ਬਾਪੂ ਬਹੁਤ ਖੁਸ਼ ਆ, ਕਿਉਂਕਿ ਸਾਨੂੰ ਖੋਟਾ ਸਿੱਕਾ ਕਈ ਵੇਲੇ ਸਾਰੇ ਕਹਿੰਦੇ ਹੁੰਦੇ ਸੀ, ਅੱਜ ਉਹ ਚੱਲ ਗਿਆ। ਇਸ ਲਈ ਕੋਈ ਵੀ ਕੰਮ ਆ ਕਿਸੇ ਤਰ੍ਹਾਂ ਦਾ ਵੀ, ਅੱਜ ਇਸ ਬੰਦੇ 'ਚ ਕੋਈ ਵੀ ਹੁਨਰ ਆ, ਉਹ ਆਪਣਾ ਹੁਨਰ ਨੂੰ ਕਿਸੇ ਤਰ੍ਹਾਂ ਵੀ ਗਲਤ ਨਾ ਯੂਜ਼ ਕਰੋ, ਸਹੀ ਤਰ੍ਹਾਂ ਉਹ ਆਮਦਨ ਦਾ ਸਾਧਨ ਬਣ ਸਕਦੀ ਆ। ਇਸ ਕਰਕੇ ਤੁਸੀਂ ਸਾਰੇ ਜਣੇ ਇਹ ਨਾ ਸੋਚੋ ਅਸੀਂ ਆਹ ਨਹੀਂ ਕਰ ਸਕਦੇ ਉਹ ਕਰਦੇ, ਅਤੇ ਅੱਜ ਆਪਾਂ ਕਰਕੇ ਦਿਖਾਇਆ। ਅਤੇ ਤੁਹਾਨੂੰ ਪਤਾ ਹੀ ਆ ਸਾਰੇ ਵੀਰ ਪਿੰਡ ਦੇ ਜਿੰਨੇ ਵੀ ਸੀ ਸਾਰੇ ਬੜੇ ਖੁਸ਼ ਹੋਏ, ਅਤੇ ਸਾਰੇ ਆਪਾਂ ਨੂੰ ਪਿਆਰ ਕਰਦੇ ਆ। ਇਸੇ ਕਰਕੇ ਹੁਣ ਚੈਨਲ ਕਰ ਲਓ ਸਾਡਾ ਸਬਸਕ੍ਰਾਈਬ, ਅਤੇ ਗਾਂ ਵਾਲੇ ਬਲੌਗ ਵੀ ਬਹੁਤ ਵਧੀਆ ਹੋਣੇ ਆ। ਅਤੇ ਆ ਜਾਓ ਫਿਰ ਜਿਹਨੇ ਆਉਣਾ ਆਪਾਂ ਕਰਾਂਗੇ ਪਾਰਟੀ, ਕਿ ਨਹੀਂ ਬਾਪਾ? ਕਿੱਦਾਂ ਦਾ ਲੱਗਾ ਬਈ ਅੱਜ? ਚਲੋ ਬਹੁਤ ਵਧੀਆ, ਸਾਰੇ ਭਰਾਵਾਂ ਦਾ ਬਹੁਤ ਸ਼ੁਕਰ। ਇਹ ਵੀ ਸਾਨੂੰ ਚੌਹਾਨ ਜੂਲਰ ਵੀ ਸਾਡਾ ਬਹੁਤ ਸਾਥ ਦਿੰਦੇ ਆ,
ਦਿੱਤਾ ਸਰਪ੍ਰਾਈਜ਼ ਜੀ ਸਾਰਿਆਂ ਨੇ, ਬਹੁਤ ਵਧੀਆ ਲੱਗਾ। ਇਹ ਹੁੰਦਾ ਸਰਪ੍ਰਾਈਜ਼ ਜਿਹਨੂੰ ਪਤਾ ਹੀ ਨਾ ਹੋਵੇ। ਓਕੇ ਬਾਏ, ਸਤਿ ਸ਼੍ਰੀ ਅਕਾਲ, ਅਤੇ ਚੈਨਲ ਕਰ ਲਓ ਸਬਸਕ੍ਰਾਈਬ, ਅਤੇ ਨੈਕਸਟ ਬਲੌਗ 'ਤੇ ਬਹੁਤ ਨੈਕਸਟ ਬਲੌਗ ਆਪਾਂ ਉਹ ਬਣਾਉਣਾ ਜਿਹੜੇ ਵੀਰਾਂ ਨੇ ਉਹ ਤਾਂ ਇਸ ਕਰਕੇ ਨਹੀਂ ਬਣਾ ਸਕਿਆ ਕਿਉਂਕਿ ਉਹ ਪਹਿਲੇ ਨਾਂ ਹੈ ਨਾ। ਆਪਾਂ ਜਿਹੜਿਆਂ ਨੇ ਕਿਹਾ ਸੀ ਸਾਰਿਆਂ ਦੇ ਨਾਂ ਅਗਲੇ ਬਲੌਗ 'ਚ ਦੇਵਾਂਗੇ, ਅਤੇ ਸਾਰੇ ਜਣੇ ਮੈਨੂੰ ਵੀ ਦਿਓ ਵਧਾਈਆਂ ਅਤੇ ਤੁਹਾਨੂੰ ਵੀ ਵਧਾਈਆਂ। ਯਮਨਾ ਨਾਚੇ ਨਦੀਆਂ, ਯਮਨਾ ਨਾਚੇ ਨਦੀਆਂ, ਧੂਮ ਧੂਮ ਕੇ ਨਾਚੇ, ਨਾਚੇ 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 ਧੂਮ ਧੂਮ ਕੇ ਨਾਚੇ, ਨਾਚੇ ਯਮਨਾ ਨਾਚੇ ਨਦੀਆਂ, ਧੂਮ ਧੂਮ ਕੇ ਨਾਚੇ, ਯਮਨਾ ਨਾਚੇ ਨਦੀਆਂ, ਧੂਮ ਧੂਮ ਕੇ ਨਾਚੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।